स्वागत है तुहाडा वार्ड नंबर 6 बलविंदर कुमार दी वार्ड नूरमहल दी वार्ड। स्वागत है तुहाडा एकता लहर न्यूज़ दे विच। तुसीं देख रहे हो एकता लहर न्यूज़। नूरमहल दे विच मौजूद हाँ इस वक्त जिहड़ी एकता लहर दी टीम आ नूरमहल दे विच मौजूद आ वार्ड नंबर 6। वार्ड नंबर 6 दीआं तस्वीरां तुहानूं दिखा रहे हां जिथे दे एक्स एम सी ने बलविंदर कुमार बालू जी एक्स एम सी ने इत्थे एक इकट्ठ देखण नूं मिलिया जिथे चंद मिंटां दे विच सरदार नवजोत सिंह दाहिया जिहड़े कांग्रेस दे उम्मीदवार ने उह चंद मिंटां दे विच इत्थे पहुंचण जा रहे ने। बड़ी बेसब्री दे नाल उहनां दा इंतजार हो रहा वा। वीर बहुत सारे मेरे नाल ने, भैणां नाल ने, एक्स एम सी नाल ने। पहले मैं इहनां नूं गुजारिश करांगा। आओ सर, की नाम जी तुहाडा? जी मेरा जी बलविंदर कुमार बालू एक्स एम सी। एक्स एम सी, हाँ जी। डॉक्टर नवजोत सिंह दहिया इत्थे पहुँच रहे हैं, की कहना चाहोगे? असी ये चाहते हैं बी साडे चन्नी साहब जिहड़े है वह बहुत वधिया बंदे है। दहिया साहब नूं टेड दे के साडा माण वधाया ते असी डट के दहिया साहब की हैल्प करांगे, वोटां पावांगे तन मन नाल। ते सारे जिन्ने मेरे साथी बैठे आ सारे मेरे नाल आ, असी उहदा जी आया करांगे। ते दहिया दा असी MLA दे पौड़ियां चढ़ा के सानू बहुत खुशी होगी। कहिंदे बहुत खुशी होगी। असी एक्स एम सी सी बलविंदर कुमार बालू जी वार्ड नंबर 6 मेरे वीर होर नाल। सत श्री अकाल जी। सत श्री अकाल। की नाम जी? नसीब सिंह। नसीब सिंह जी, सरदार नवजोत सिंह दहिया आ रहे ने, हाँ जी, की कहना चाहोगे? असी जी उन्होंने ये कहेंगे कि सब तो पहली गल ये है कि विकास 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 होना चाहिए। मैं उन्होंने तो पहले तुम दस दया, हाँ जी, चरणजीत चन्नी, उन्होंने 111 दिन मुख्यमंत्री रहे ने, उन्होंने किदां दा काम कर रहे? उन्होंने बहुत ही बढ़िया किया जी। 111 दिन के जिन्ना भी जो गरीब जनता से उन्होंने बिजली के बिल माफ़ कर दिते, पानी वाले बिल माफ़ किए, अद्धे हो गए, तो होर भी उन्होंने बहुत सारे बढ़िया काम किए हैं, तो जिन्हां दे नाल जिहड़ी जनता आ वह बहुत खुश है। जनता कहिंदे बहुत खुश है। मैं नाल पिछे थोड़ा जिहा लजमा तुहानू तस्वीरां दहिया साहब दे आउण तो पहले पहले मैं करावांगा। जंग भी नाल ने और नाल नाल, हाँ जी, सत श्री अकाल जी। सत श्री अकाल जी। की नाम जी? मेरा भलजिंदर भंगू है जी। ਵਾਂਗੂ ਸਾਹਿਬ ਕਿਹੜੀ ਜਗ੍ਹਾ ਤੋਂ? ਨੂਰਮਹਿਲ ਤੋਂ ਜੀ। ਨੂਰਮਹਿਲ ਤੋਂ। ਵਾਰਡ ਨੰਬਰ ਕਿਹੜੀ ਤੁਹਾਡੀ? 3 ਹੈ ਜੀ। ਵਾਰਡ ਨੰਬਰ 3? ਹਾਂਜੀ, ਸਾਡੇ ਅਸੀਂ ਕੱਲ ਕਵਰ ਹੀ ਕੀਤੀ ਸੀ 3 ਹਾਂਜੀ 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 ਨੂ ਚੱਲ ਰਹੀ ਹੈ ਸਾਡੇ ਕਾਂਗਰਸ ਦੇ ਜੀ ਦੀਪਕ ਕੁਮਾਰ ਜੀ। ਜੀ ਜੀ ਦੀਪਕ ਦੀ ਵਾਰਡ ਕੀਤੀ ਸੀ ਅਸੀਂ ਕੱਲ, ਹਾਂਜੀ, ਤੁਹਾਡੇ ਚੈਨਲ ਤੇ ਚੱਲ ਰਹੀ ਹੈ। ਹਾਂਜੀ 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 ਠੀਕ ਹੈ ਜੀ। ਕਿਸ ਤਰ੍ਹਾਂ ਦੇ ਲੱਗਦੇ ਤੁਹਾਨੂੰ ਡਾਕਟਰ ਸਾਹਿਬ ਦਾ? ਕੱਲ ਤੁਸੀਂ ਉਹਨਾਂ ਦਾ ਭਾਸ਼ਣ ਸੁਣਿਆ ਹੋਣਾ, ਉਹਨਾਂ ਦੇ ਹਾਂਜੀ 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 ਨਹੀਂ ਸਾਨੂੰ ਬਹੁਤ ਵਧੀਆ ਲੱਗਾ ਜੀ। ਸਭ ਤੋਂ ਪਹਿਲੀ ਗੱਲ ਇਹ ਹੈ ਜੀ, ਚਰਨਜੀਤ ਚੰਨੀ ਜੀ ਨੇ 1-2 ਮਹੀਨਿਆਂ ਦੇ ਵਿੱਚ ਉਹ ਕੰਮ ਕਰਤਾ ਜਿਹੜਾ ਬਾਕੀਆਂ ਕੋਲੋਂ ਇੰਨੇ ਸਾਲਾਂ 'ਚ ਨਹੀਂ ਹੋਇਆ। ਸਭ ਤੋਂ ਵਧੀਆ ਮੈਨੂੰ ਇਹ ਗੱਲ ਲੱਗੀ ਕਿ ਜਿਹੜਾ ਉਹਨਾਂ ਨੇ 3 ਰੁਪਏ ਯੂਨਿਟ ਮਾਫ਼ ਬਿਜਲੀ ਦਾ ਮਾਫ਼ ਕੀਤਾ, ਠੀਕ ਹੈ ਜੀ, ਹਰ ਵਰਗ ਲਈ, ਠੀਕ ਹੈ। ਚਲੋ ਅੱਗੇ ਹੁੰਦਾ ਸੀ ਕਿਸੇ ਨੂੰ ਮਾਫ਼ ਹੁੰਦਾ ਸੀ, ਪਰ ਉਹ ਹਰ ਵਰਗ ਲਈ ਕੀਤਾ, ਉਹ ਬਹੁਤ ਵਧੀਆ ਮੈਨੂੰ ਲੱਗਾ। ਅਤੇ ਉਸ ਤੋਂ ਬਾਅਦ ਹੋਰ ਕਈ ਸਹੂਲਤਾਂ ਜਿਹੜੀਆਂ ਮਾਫ਼ ਕੀਤੇ ਗਏ ਬਿੱਲ ਕਾਫੀ ਜਾਣਿਆਂ ਦੇ, ਉਹ ਹਜੇ ਤੱਕ ਬਹੁਤ ਵਧੀਆ ਹੈ ਜੀ। ਅਤੇ ਮੈਨੂੰ ਕਾਫੀ ਜਿੱਦਾਂ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਆਲੇ ਦੁਆਲੇ ਗੱਲਬਾਤ ਕਰੀ ਦੀ ਹੈ ਕਿ ਚੰਨੀ ਜੀ ਨੇ ਬਹੁਤ ਵਧੀਆ ਕੀਤਾ ਜੀ। ਹਾਂਜੀ, ਇੱਕ ਕਹਾਵਤ ਚੱਲੀ ਹੈ ਸ਼ਾਇਦ ਤੁਹਾਨੂੰ ਪਤਾ ਵਾ, ਹਾਂਜੀ, ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਮੁੱਖ ਮੰਤਰੀ ਚੰਨੀ ਕਹਿੰਦੇ ਹੋਣਾ ਚਾਹੀਦਾ, ਮੇਰੇ ਵੀਰ ਨਾਲ ਮੌਜੂਦ ਨੇ, ਮੈਂ ਥੋੜ੍ਹੀ ਥੋੜ੍ਹੀ ਗੱਲਬਾਤ ਕਰਾਂਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕਲੈਰ ਵਾਲਿਆਂ ਦਾ ਜੀ, ਜਿਹਨਾਂ ਨੇ ਸਾਨੂੰ ਕਾਬਲ ਸਮਝਿਆ। ਮੇਰਾ ਨਾਂ ਰਾਜਕੁਮਾਰ ਸੋਤਾ, ਵਾਰਡ ਨੰਬਰ 8 ਜੀ। ਅਤੇ 111 ਦਿਨਾਂ ਦੇ ਵਿੱਚ ਚਰਨਜੀਤ ਚੰਨੀ ਜੀ ਨੇ ਇੱਕ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ, ਇਹ ਕੋਈ SC ਵਰਗ ਦੀਆਂ ਨਹੀਂ, ਸਾਰੀਆਂ ਭੈਣਾਂ ਨੂੰ ਬੱਸਾਂ ਦਾ ਕਿਰਾਇਆ ਫ੍ਰੀ। ਬਿਲਕੁਲ ਜੀ। ਦੂਸਰੀ ਗੱਲ ਆ ਜਿਹੜੇ ਰੋਡਵੇਜ਼ ਦੀਆਂ ਬੱਸਾਂ ਭਰੀਆਂ ਹੀ ਆ, ਰੋਡਵੇਜ਼ ਦੀਆਂ ਬੱਸਾਂ ਦਾ ਕਿਰਾਇਆ ਫ੍ਰੀ, ਠੀਕ ਆ। ਦੂਸਰੀ ਗੱਲ ਜਿਹੜੀ ਹੈਗੀ ਆ 3 ਰੁਪਏ ਯੂਨਿਟ ਕੀਤਾ ਆ, ਜਿਹਨਾਂ ਦਾ 5-5 ਹਜ਼ਾਰ ਰੁਪਈਆ ਆਇਆ ਸੀ, 25-25 ਹਜ਼ਾਰ ਆਇਆ ਸੀ, ਉਹਨਾਂ ਦੀ ਸਾਰੀ ਲੀਕ ਜੀ ਚਰਨਜੀਤ ਚੰਨੀ ਨੇ ਕੀਤਾ। ਤੀਜੀ ਗੱਲ ਹੈਗੀ ਆ ਕੋਰੀਡੋਰ ਜੀ, ਜਿਹੜਾ ਆਪਣਾ ਘਰ ਜਿਹੜਾ ਸੀ ਆ ਲਾਲ ਡੋਰੇ ਲਾਲ ਲਕੀਰ ਦੇ ਵਿੱਚ, ਕਈਆਂ ਨੂੰ ਨਹੀਂ ਸਮਝ ਹੈਗੀ, ਉਹ ਵੀ ਆਪਣੇ ਘਰ ਜਿਹੜਾ ਹੈਗਾ ਰਜਿਸਟਰੀ ਕਰਾਉਣਗੇ, ਕੱਲ੍ਹ ਨੂੰ ਬੱਚੇ ਨੂੰ ਕਿਸੇ ਨੂੰ ਦੁਕਾਨ ਖਿਲਾਉਣਗੇ, ਕਿਸੇ ਨੂੰ ਬਿਜ਼ਨਸ ਕਰਾਉਣਗੇ, ਬੈਂਕ 'ਚੋਂ ਕਰਾ ਲੈਣਗੇ, ਰੱਖ ਕੇ ਰਜਿਸਟਰੀ ਲਾਉਣ। ਅਤੇ ਇਹ ਵੀ ਚਰਨਜੀਤ ਚੰਨੀ ਨੇ ਬਹੁਤ ਸੁਹਾਗਿਆ ਵਾਲੀ ਗੱਲ ਕੀਤੀ ਹੈਗੀ ਆ। ਚੌਥੀ ਗੱਲ ਹੈਗੀ ਜਿਹੜੀ ਆ ਪੂਰੇ ਪੰਜਾਬ ਵਿੱਚ ਗਊਸ਼ਾਲਾ ਜਿਹੜੀ ਹੈਗੀ ਆ ਉਹਨਾਂ ਦਾ 15 ਕਰੋੜ ਰੁਪਈਆ ਦੇ ਕੇ ਇਕੱਲੀ ਇਕੱਲੀ ਗਊਸ਼ਾਲਾ ਨੂੰ 5-5 ਲੱਖ ਰੁਪਈਆ ਦਿੱਤਾ ਆ, ਠੀਕ ਆ ਜੀ। ਪੰਜਵੀਂ ਗੱਲ ਹੋਰ ਹੈਗੀ ਇਹ ਪਿੰਡਾਂ ਦੇ ਵਿੱਚ ਸਰਪੰਚ ਪਿੰਡਾਂ ਦੇ ਵਿੱਚ ਵਾਟਰ ਸਪਲਾਈ ਦਾ ਜਿਹੜਾ ਸੀ ਆ, ਕਿਸੇ ਦਾ 20 ਲੱਖ ਰੁਪਈਆ ਖੜ੍ਹਾ ਸੀ ਆ, ਕਿਸੇ ਦਾ 15 ਲੱਖ ਰੁਪਈਆ ਖੜ੍ਹਾ ਸੀ, ਉਹਦੀ ਵੀ ਸਾਰੀ ਲਾਈਨ ਖਤਮ, 50 ਰੁਪਏ ਆਉਂਦੇ ਹੁਣ ਹੈਗਾ ਆ ਜੀ। ਆਪਾਂ ਨੂਰਮਹਿਲ ਦੇ
ਜਿੱਥੇ ਵਾਰਡ ਨੰਬਰ 6 ਦੇ ਵਿੱਚ ਬੈਠੇ ਹਾਂ। ਮੇਰਾ ਕਹਿਣ ਦਾ ਮਤਲਬ ਇਹ ਹੈ ਨਵਜੋਤ ਸਿੰਘ ਦਈਆ ਜੀ ਜਿਹੜਾ ਵਿਧਾਨ ਸਭਾ ਹਲਕਾ ਨਕੋਦਰ ਤੋਂ, ਅਸੀਂ ਇੱਕ ਇੱਕ ਕੀਮਤੀ ਵੋਟ ਪਾ ਕੇ 20 ਤਰੀਕ ਨੂੰ ਪੰਜੇ ਦੇ ਨਿਸ਼ਾਨ 'ਤੇ ਮੋਹਰਾਂ ਲਾ ਕੇ ਅਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਵਾਂਗੇ ਅਤੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ MLA ਬਣਾਵਾਂਗੇ। MLA ਬਣਾਵਾਂਗੇ। ਸਾਡੇ ਨਾਲ ਇੱਕ ਬਜ਼ੁਰਗ ਬਹੁਤ ਸਾਡੇ ਨਾਲ ਮੌਜੂਦ ਨੇ, ਵੱਡਿਆਂ ਦਾ ਆਸ਼ੀਰਵਾਦ ਬਹੁਤ ਹੁੰਦਾ। ਬਾਪੂ ਜੀ ਕੀ ਨਾਂ ਜੀ? ਗੁਰਨਾਮ ਸਿੰਘ। ਗੁਰਨਾਮ ਸਿੰਘ ਜੀ ਕਿੰਨੀ ਉਮਰ ਤੁਹਾਡੀ? ਉਮਰ 82 ਸਾਲ। ਵਾਹ ਜੀ ਵਾਹ, ਇੱਕ ਤਾੜੀਆਂ ਲਾ ਦਿਓ ਜੀ। 82 ਨਾਲ 82 ਸਾਲ ਦੀ ਉਮਰ। ਪੱਕੇ ਕਾਂਗਰਸੀ? ਹਾਂਜੀ ਪੱਕੇ ਕਾਂਗਰਸੀ, ਪਹਿਲਾਂ ਤੋਂ ਹੀ। ਅੱਛਾ ਜੀ, ਚਰਨਜੀਤ ਚੰਨੀ ਬਾਰੇ ਕੀ ਕਹਿਣਾ ਚਾਹੋਗੇ? ਇਹਨੂੰ ਇਹ ਮੈਂ ਵਧਾਈਆਂ ਦੇਣੀਆਂ ਚਾਹੂੰਗਾ। ਹੋਰ ਠੀਕ ਆ ਜੀ। ਤੇ ਨਵਜੋਤ ਸਿੰਘ ਦਈਆ, ਉਹਨੂੰ ਵੀ ਵਧਾਈਆਂ ਦੇਣੀਆਂ ਚਾਹੂੰਗਾ। ਕਾਮਯਾਬ ਮਾਰਕ ਕਰੂਗਾ, ਨਾਲ ਕਾਮਯਾਬ ਕਰੂਗਾ, ਪੰਜੇ ਦੇ ਮੋਹਰ ਲਾ ਕੇ, ਪੰਜੇ ਦੇ ਮੋਹਰ ਸਾਰੀ ਜਨਤਾ ਲਾਊਗੀ। ਮਿਹਰਬਾਨੀ ਜੀ। ਏਕਤਾਲਰ ਦੀ ਟੀਮ ਵਾਰਡ ਨੰਬਰ 6 ਦੇ ਵਿੱਚ ਮੌਜੂਦ ਆ। ਬਲਵਿੰਦਰ ਬਾਲੂ ਦੀ ਵਾਰਡ ਹੈਗੀ ਆ, ਜਿੱਥੇ ਇੱਕ ਭਾਰੀ ਇਕੱਠ ਦੇਖਣ ਨੂੰ ਮਿਲਿਆ, ਜਿੱਥੇ ਮੈਂ ਦੱਸਦਾਂ ਇੱਕ ਨਗਰ ਕੌਂਸਲ ਦੇ ਪ੍ਰਧਾਨ ਜੀ ਵੀ ਸਾਡੇ ਨਾਲ, ਮੈਡਮ ਜੋਹਲ ਜੀ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲੇ ਮੈਂ ਇਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਾਂਗਾ, ਕਿਉਂਕਿ ਚਲੋ ਧੰਨਵਾਦ ਹੀ ਕਰ ਦਿਓ ਜੀ। ਕੀ ਨਾਂ ਜੀ? ਹਰਦੀਪ ਕੌਰ ਜੋ। ਹਰਦੀਪ ਕੌਰ ਜੀ, ਪ੍ਰਧਾਨ ਨਗਰ ਕੌਂਸਲ। ਹਾਂਜੀ, ਨਗਰ ਕੌਂਸਲ ਨੂਰਮਹਿਲ ਦੇ ਪ੍ਰਧਾਨ ਹਾਂ ਮੈਂ, ਅਤੇ ਇਸ ਟਾਈਮ ਬਲਵਿੰਦਰ ਬਾਲੂ ਦੇ ਵਾਰਡ ਦੇ ਵਿੱਚ 6 ਨੰਬਰ ਦੇ ਵਿੱਚ ਮੌਜੂਦ ਹਾਂ। ਬਾਕੀ ਮੈਂ ਇਹਨਾਂ ਸਾਰਿਆਂ ਦਾ, 6 ਨੰਬਰ ਵਾਰਡ ਵਾਲੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਪਰ ਇਹ ਅਪੀਲ ਵੀ ਕਰਦੀ ਹਾਂ ਕਿ ਦਈਆ ਸਾਹਿਬ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਅਤੇ ਇਹਨਾਂ ਨੂੰ ਜਿੱਤ ਦਿਵਾਓ ਅਤੇ ਆਪਣੀ ਚੰਨੀ ਸਰਕਾਰ ਲੈ ਕੇ ਆਓ, ਅਤੇ ਉਹ ਚੰਨੀ ਸਰਕਾਰ ਆਊਗੀ ਤਾਂ ਆਪਾਂ ਵੀ ਆਪਣੇ ਸਾਰੇ ਹੱਕ ਉਹਨਾਂ ਤੋਂ ਤਸੱਲੀ ਬਖਸ਼ ਲੈ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਬਾਲੂ, ਵਾਰਡ ਨੰਬਰ 6 ਬਲਵਿੰਦਰ ਬਾਲੂ ਜੀ, ਸਾਡੇ ਰਾਜਾ ਜੀ, ਮੈਂ ਬੀਬੀ ਜੋਹਲ ਜੀ, ਜੰਗ ਕੋਹਲੀ ਜੀ, ਸਾਡੇ ਸੰਧੂ ਸਾਹਿਬ, ਹਰ ਵਾਰਡ ਦੇ ਵਿੱਚ ਵਧੀਆ ਮੀਟਿੰਗਾਂ ਹੋਈਆਂ। ਅੱਜ ਸਾਡੀਆਂ ਅਖੀਰਲੀਆਂ ਮੀਟਿੰਗਾਂ ਦਾ ਪ੍ਰਵਾਹ ਚੱਲ ਰਿਹਾ, ਲੋਕਾਂ 'ਚ ਉਤਸ਼ਾਹ ਤੁਸੀਂ ਦੇਖ ਰਹੇ ਹੋ। ਮੈਨੂੰ ਬੜੀ ਆਸ ਹੈ ਕਿ ਚੰਨੀ ਸਾਹਿਬ ਸਾਡੇ ਮੁੱਖ ਮੰਤਰੀ ਬਣਨਗੇ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸੀ ਸਾਡੇ ਨਾਲ ਡਾਕਟਰ ਨਵਜੋਤ ਸਿੰਘ ਦਈਆ, ਜਿਹੜੇ ਕਿ ਅੱਜ ਵਾਰਡ ਨੰਬਰ 6 ਬਲਵਿੰਦਰ ਬਾਲੂ ਜੀ ਦੀ ਵਾਰਡ ਦੇ ਵਿੱਚ ਆਏ ਸੀ, ਨੂਰਮਹਿਲ ਦੇ ਵਿੱਚ ਮੌਜੂਦ ਆ, ਇੱਕ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਇੱਥੇ। ਡਾਕਟਰ ਨਵਜੋਤ ਸਿੰਘ ਦਈਆ, ਉਹਨਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਜੋਹਲ ਵੀ ਇੱਥੇ ਨਾਲ ਮੌਜੂਦ ਸੀ। ਕੈਮਰਾ ਪਰਸਨ ਸੁਮਿਤ ਧਿੰਗੜਾ ਦੇ ਨਾਲ ਸੁਸ਼ੀਲ ਧਿੰਗੜਾ, ਏਕਤਾ ਲਹਿਰ ਨਿਊਜ਼, ਨਕੋਦਰ।